ਕਿਹੜੀ ਜਗ੍ਹਾ ਤੋਂ ਆਏ ਹੋ? ਹੈਂ? ਹੈਂ? ਕਸ਼ਮੀਰ ਤੋਂ? ਟੋਕਾ ਜੀ ਆਇਆ ਜੀ ਕਸ਼ਮੀਰ ਤੋਂ ਜੀ। अस्सलाम वालेकुम अंकल, मुझे उम्मीद है कि आप लोग बिल्कुल ठीक होंगे। तो हमारे वीडियो को लाइक करें, सब्सक्राइब करें और बेल की घंटी को क्लिक करें। बहुत बहुत शुक्रिया। आप हमारे वीडियो देखते पर लाइक एंड सब्सक्राइब नहीं करते तो हमारे वीडियो को लाइक एंड सब्सक्राइब करें। बहुत बहुत शुक्रिया। टोका ना जी जानवर जी। कती है हाइट दी? 31 है सुबह हाइट। हैं? 31 है। हां जी। ਟੋਕਾ ਜੀ ਕਿਹੜੀ ਜਗ੍ਹਾ ਤੋਂ ਆਏ ਹੋ? ਹੈਂ? ਹੈਂ? ਕਸ਼ਮੀਰ ਤੋਂ? ਟੋਕਾ ਜੀ ਆਇਆ ਜੀ ਕਸ਼ਮੀਰ ਤੋਂ ਜੀ। ਬਸ ਸੋਹਣਾ ਜਾਨਵਰ ਹੈ ਜੀ। ਇਕੱਤੀ ਹਾਈਟ ਹੈ ਜੀ ਜਾਨਵਰ ਦੀ। ਪਿੰਡ ਕਿਹੜਾ ਜੀ? ਹੈਂ? ਡਡਿਆਲ ਕਸ਼ਮੀਰ ਤੋਂ ਆਇਆ ਜੀ। ਮਾਲਕ ਦਾ ਕੀ ਨਾਂ ਹੈ? ਅਫਜ਼ਲ ਚੀਮਾ ਸਾਹਿਬ ਜੀ। ਡਡਿਆਲ ਤੇ ਇਹ ਪਹਿਲਾ ਮੈਚ ਹੂ? ਇਹ ਮੈਚ ਪਹਿਲਾ ਸੂ ਕਿ ਦੂਸਰਾ? ਦੂਸਰਾ ਮੈਚ ਜੀ। ਇੱਕ ਮੈਚ ਵਿਨ ਕੀਤਾ ਸੂ। ਉਹ ਕਿੰਨੇ ਮਿੰਟ ਲੜ ਕੇ ਵਿਨ ਕੀਤਾ ਸੀ ਪਹਿਲਾਂ? 24 ਮਿੰਟ ਲੜਿਆ ਜੀ। ਬੜੀ ਗੇਮ ਕੀਤੀ ਸੀ। 24 ਮਿੰਟ ਗੇਮ ਕੀਤੀ ਹੈ ਜੀ ਇਸ ਨੇ ਪਹਿਲੇ ਮੈਚ 'ਚ। ਨਾਂ ਕੀ ਦੱਸਿਆ ਜੀ? ਟੋਕਾ। ਵਾਹ, ਉਹ ਬਸ ਕਰ ਰਹੇ ਲਓ ਜੀ। ਟੋਕਾ ਪਸੰਦ ਆਵੇ ਜੀ ਕਮੈਂਟ ਜ਼ਰੂਰ ਦਿਓ ਜੀ ਕਿ ਸ਼ੌਕ ਸ਼ਿਕਾਰ ਕੈਸਾ ਜੀ ਇਹਨਾਂ ਦਾ, ਡਡਿਆਲ ਵਾਲਿਆਂ ਦਾ ਜੀ, ਚੀਮਾ ਸਾਹਿਬ। ਵਾਹ, ਵਾਹ ਜੀ। ਸੋਹਣਾ ਜਾਨਵਰ ਹੈ ਜੀ। ਬਸ ਸਬਰ ਕਰ, ਸਾਹ ਵੀ ਲੈ ਲਓ ਜੀ। ਇਹ ਸਾਡੀ ਛੋਟੀ ਜਿਹੀ ਵੀਡੀਓ ਜੀ। ਪਸੰਦ ਆਵੇ ਕਮੈਂਟ ਜ਼ਰੂਰ ਦਿਆ ਜੀ ਕਿ ਜਾਨਵਰ ਕੈਸਾ ਜੀ, ਟੋਕਾ ਨਾ ਜਾਨਵਰ ਦਾ, ਅਤੇ ਚੀਮਾ ਸਾਹਿਬ, ਅਫਜ਼ਲ ਚੀਮਾ, ਅਫਜ਼ਲ ਚੀਮਾ ਸਾਹਿਬ ਜੀ ਡਡਿਆਲ ਤੋਂ, ਡਡਿਆਲ ਆਜ਼ਾਦ ਕਸ਼ਮੀਰ। ਜੀ ਇਹ ਸਾਡੀ ਛੋਟੀ ਜਿਹੀ ਵੀਡੀਓ ਜੀ, ਅਤੇ ਅਗਲੀ ਵੀਡੀਓ ਅਸੀਂ ਫਿਰ ਆਵਾਂਗੇ ਜੀ। ਅਤੇ ਅੱਲਾ ਹਾਫਿਜ਼।